4 0 final score. Calgary Flames 7 lagatar games jit chuke ne Edmonton de viruddh. Is season vi sariyan games jit chuke han. ਇਹਨਾਂ ਦੇ ਆਪਸ ਵਿੱਚ ਹਾਕੀ ਨੈਟ ਇਨ ਕੈਨੇਡਾ ਪੰਜਾਬੀ ਵਿੱਚ ਤੁਸੀਂ ਦੇਖ ਰਹੇ ਹੋ ਜੋ ਕਿ ਸ਼ੈਵਰਲੇ ਵੱਲੋਂ ਪੇਸ਼ ਕੀਤੀ ਜਾ ਰਹੀ ਓਮਨੀ ਟੀਵੀ ਤੇ ਸਾਰਿਆਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਇਸ ਦੁਬਾਰਾ ਸਟੂਡੀਓ ਦੇ ਵਿੱਚ ਤੇ ਗੱਲ ਕਰੀਏ ਇਸ ਮੁਕਾਬਲੇ ਬਾਰੇ ਸਭ ਤੋਂ ਪਹਿਲਾਂ ਕਿਉਂਕਿ 4-0 ਕੈਲਗਰੀ ਵਾਸਤੇ ਜਿੱਤਣਾ ਬਹੁਤ ਜ਼ਰੂਰੀ ਸੀ ਤੇ ਉਹਨਾਂ ਨੇ ਇਸ ਗੇਮ ਨੂੰ ਕਾਬੂ ਕੀਤਾ ਕਿਵੇਂ ਆਓ ਆਪਾਂ ਦੇਖਦੇ ਹਾਂ ਹਾਈਲਾਈਟਸ ਸੋ ਪਹਿਲੇ ਪੀਰੀਅਡ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਕੈਰੀ ਰਾਮੋ ਨੂੰ ਸੱਟ ਲੱਗ ਗਈ ਲੱਗਦਾ ਖਿੱਚ ਪੈ ਗਈ ਲੱਤ 'ਚ ਅਚਾਨਕ ਪਤਾ ਨਹੀਂ ਕੀ ਹੋਇਆ ਪਰ ਭਾਰ ਨਾ ਲਾ ਸਕਿਆ ਆਪਣੀ ਖੱਬੀ ਲੱਤ 'ਤੇ ਉੱਥੇ ਇੱਕ ਮਿੰਟ ਵੀ ਨਹੀਂ ਹੋਇਆ ਅਤੇ ਅੰਦਰ ਆ ਗਿਆ ਮੈਚ ਦੇ ਮੈਦਾਨ ਦੇ ਵਿੱਚ ਯੂਨਸ ਹਿਲਰ ਅਤੇ ਜਦ ਹੀ ਹਜੇ 2 ਮਿੰਟਾਂ ਦਾ ਸਮਾਂ ਵੀ ਨਹੀਂ ਸੀ ਨੰਗਿਆ ਵਾਈਮੈਨ ਦਾ ਪਾਸ ਕੋਲਬਰਨ ਨੇ ਮਾਰਿਆ ਸ਼ਾਟ ਤੇ ਇੱਥੇ ਦੇਖੋ ਕੋਲਬਰਨ ਨੈਟ ਦੇ ਮੂਹਰੇ ਖੜਾ ਕਰਕੇ ਬਣ ਗਿਆ ਗੋਲ ਸਿੰਪਲ ਖੇਡ ਕੈਲਗਰੀ ਫਲੇਮਸ ਦੀ ਜ਼ੋਨ ਦੇ ਵਿੱਚ ਆਏ ਸ਼ਾਟ ਮਾਰਿਆ ਰੀਬਾਉਂਡ ਉੱਤੇ ਪਿਆ ਸੀ ਕੋਲਬਰਨ ਨੇ ਪੱਕ ਚੱਕ ਲਿਆ ਤਾਂ ਕਰ ਲਿੱਤਾ ਗੋਲ 1-0 ਜਿੱਤ ਰਹੀ ਸੀ ਕੈਲਗਰੀ ਫਲੇਮਸ ਜਾਣੇ ਦੂਜੇ ਪੀਰੀਅਡ ਵੱਲ ਜਿੱਥੇ ਗਡਰੋ ਦਾ ਪਾਸ ਗਿਆ ਹੁੰਦਰ ਨੂੰ ਤੇ ਮੋਨਹੈਨ ਦਾ ਜਿਹੜਾ ਸ਼ਾਟ ਸੀ ਬੈਨ ਸਕ੍ਰਿਵਨਸ ਬਹੁਤ ਹੀ ਸੁੰਦਰ ਬਚਾ ਬਿਲਕੁਲ ਜੀ ਵਧੀਆ ਤਾਲਮੇਲ ਫਲੇਮਸ ਦਾ ਅੱਤ ਦਾ ਸੇਵ ਕੀਤਾ ਬੈਨ ਸਕ੍ਰਿਵਨਸ ਸਕੋਰ ਰੱਖਿਆ 1-0 ਕੈਲਗਰੀ ਫਲੇਮਸ ਸ਼ੈਲੀ ਦੇਖੋ ਕਿਵੇਂ ਇੱਥੇ ਵਰਤੀ ਤੇ ਹੁਣ ਉਸ ਤੋਂ ਬਾਅਦ ਜੋਸ਼ ਜੂਰਿਸ ਪਾਸ ਉਹਦਾ ਗਿਆ ਤੇ ਗ੍ਰੈਂਡਲਨ ਨੇ ਟੰਗ ਦਿੱਤੀ ਪੱਕ 2-0 ਕੈਲਗਰੀ ਦੋ ਤਿੰਨ ਮੌਕੇ ਹੈਗੇ ਸੀ ਪੱਕ ਨਹੀਂ ਕੱਢਿਆ ਐਡਮਿੰਟਨ ਵਾਲਿਆਂ ਨੇ ਤਾਂ ਇਸ ਦੇ ਨਾਲ ਗ੍ਰੈਂਡਲਨ ਨੇ ਕਰ ਲਿਆ ਬਹੁਤ ਹੀ ਸ਼ਾਨਦਾਰ ਗੋਲ ਜੀ ਸੋ ਜਾਣੇ ਤੀਜੇ ਪੀਰੀਅਡ ਵੱਲ ਪਾਵਰ ਪਲੇ ਤੇ ਕੋਈ ਸਮਾਂ ਬਰਬਾਦ ਨਹੀਂ ਕੀਤਾ ਕੈਲਗਰੀ ਫਲੇਮਸ ਰਸਲ ਦਾ ਪਾਸ ਸਲੈਪ ਸ਼ਾਟ ਡੈਨਿਸ ਵਾਈਡਮੈਨ ਕਿਆ ਗੋਲ ਬਣਾਇਆ ਬਿਲਕੁਲ ਜੀ 5 ਸਕਿੰਟਾਂ ਚ ਮੋਨਹੈਨ ਨੇ ਜਿੱਤਿਆ ਫੇਸ ਆਫ ਰਸਲ ਨੇ ਦਿੱਤਾ ਵਨ ਟਾਈਮ ਸ਼ਾਟ ਵਾਈਡਮੈਨ ਵਾਈਡਮੈਨ ਨੇ ਕੀਤਾ ਆਪਣਾ ਤੀਜਾ ਪੁਆਇੰਟ ਪਾਵਰ ਪਲੇ ਗੋਲ ਤੇ ਇੱਥੇ ਚੌਥਾ ਗੋਲ ਵੀ ਭੁਲੇਖਾ ਜੋ ਖਾ ਗਿਆ ਬੈਨ ਸਕ੍ਰਿਵਨਸ ਮਾਰਕਸ ਗ੍ਰੈਂਡਲਨ ਦਾ ਦੂਜਾ ਗੋਲ ਅੱਜ ਦੀ ਗੇਮ ਦੇ 4-0 ਜਿੱਤ ਕੇ ਸ਼ਾਟ ਆਊਟ ਮਿਲਿਆ ਯੋਨਿਸ ਹਿਲਰ ਤੇ ਕੈਰੀ ਰਾਮੋ ਨੂੰ ਸੋ ਕੈਲਗਰੀ ਨੂੰ ਜਿੱਤਣਾ ਬਹੁਤ ਜ਼ਰੂਰੀ ਸੀ ਅੱਜ ਦੀ ਗੇਮ ਦੇ ਵਿੱਚ ਪਰ ਮੈਂ ਪੁੱਛਣਾ ਚਾਹੁੰਦਾ ਜੀ ਭੁਪਿੰਦਰ ਜੀ ਹਰਪ੍ਰੀਤ ਜੀ ਕਿ ਕੈਲਗਰੀ ਇੰਨੇ ਵਧੀਆ ਖੇਡੇ ਜਾਂ ਐਡਮਿੰਟਨ ਇੰਨਾ ਮਾੜਾ ਖੇਡੇ ਸ਼ੁਰੂ ਕਰਦੇ ਭੁਪਿੰਦਰ ਜੀ ਆਪ ਜੀ ਤੋਂ ਅਸਲ ਦੇ ਵਿੱਚ ਜਿਹੜੇ ਪਹਿਲੇ 2 ਪੀਰੀਅਡ ਲੰਘੇ ਮੇਰੇ ਖਿਆਲ ਐਡਮਿੰਟਨ ਅਤੇ ਕੈਲਗਰੀ ਬਿਲਕੁਲ ਬਰਾਬਰ ਸੀ ਪਰ ਐਡਮਿੰਟਨ ਦੀ ਇਹੀ ਗੱਲ ਹੈਗੀ ਆ ਕਈ ਵਾਰੀ ਇਹ ਆਪਣੀ ਜ਼ੋਨ ਦੇ ਵਿੱਚ ਇੱਦਾਂ ਦੀਆਂ ਗਲਤੀਆਂ ਕਰਦੇ ਆ ਜਿਹੜੇ ਕਿ ਮਹਿੰਗੀ ਪੈਂਦੇ ਆ ਤਾਂ ਅੱਜ ਕੈਲਗਰੀ ਫਲੇਮਸ ਨੇ ਉਹਦਾ ਫਾਇਦਾ ਉਠਾਇਆ ਤਾਂ 6 ਮੈਚ ਹੁਣ ਕੈਲਗਰੀ ਨੇ ਖੇਡੇ ਆ ਰੈਕਸੋ ਪਲੇਸ ਦੇ ਵਿੱਚ ਜਿਸ ਦੇ ਵਿੱਚ ਉਸ 6 ਮੈਚਾਂ ਦੇ ਵਿੱਚ ਐਡਮਿੰਟਨ ਨੇ ਸਿਰਫ 1 ਗੋਲ ਕੀਤਾ ਆ ਤਾਂ ਦੇਖ ਲਓ ਇਹ 2 ਟੀਮਾਂ ਕਹਿੰਦੇ ਸੀ ਵੀ ਨੌਜਵਾਨ ਟੀਮਾਂ ਖਿਡਾਰੀ ਇਹਨਾਂ ਕੋਲ ਹੈਗੇ ਆ ਰੀਬਿਲਡ ਦੇ ਵਿੱਚ ਹੈਗੇ ਆ ਪਰ ਦੇਖ ਲਓ ਕਿੱਡਾ ਵੱਡਾ ਫਰਕ ਹੈਗਾ ਕੈਲਗਰੀ ਅਤੇ ਐਡਮਿੰਟਨ ਦਾ ਅਤੇ ਆਪਾਂ ਗੇਮ ਦੇ ਵਿੱਚ ਦੌਰਾਨ ਗੱਲਬਾਤ ਕਰ ਰਹੇ ਸੀ ਟੇਲਰ ਹਾਲ ਜੋ ਕਿ ਇੱਕ ਉਦਾਹਰਣ ਹੈ ਇਸ ਟੀਮ ਬਾਰੇ ਜਿਸ ਹਿਸਾਬ ਨਾਲ ਗਲਤੀਆਂ ਕਰੀ ਜਾ ਰਹੇ ਹਨ ਸੋ ਕੈਲਗਰੀ ਦੇ ਪੱਖੋਂ ਹਰਪ੍ਰੀਤ ਜੀ ਫਿਰ ਤੁਸੀਂ ਦੱਸੋ ਇਸ ਜਿੱਤ ਇਹ ਜਿੱਤ ਕਿੰਨੀ ਮਹੱਤਤਾ ਰੱਖਦੀ ਹੈ ਉਹਨਾਂ ਦੇ ਪਲੇਆਫ ਜ਼ਿੰਦਗੀ ਵਾਸਤੇ ਇਹ ਯਕੀਨੀ ਜਿੱਤ ਸੀਗੀ ਖਾਸ ਕਰਕੇ ਲਾਸ ਐਂਜਲਸ ਕਿੰਗਸ ਵੀ ਅੱਜ ਜਿੱਤ ਗਏ ਉਹਨਾਂ ਨਾਲ ਬਰਾਬਰ ਰਹਿਣਾ ਇਹਨਾਂ ਲਈ ਬਹੁਤ ਜ਼ਰੂਰੀ ਸੀਗਾ ਕਿਉਂਕਿ ਇਹਨਾਂ ਦਾ ਦੋਨਾਂ ਟੀਮਾਂ ਦਰਮਿਆਨ ਵੀ ਇੱਕ ਹੋਰ ਮੈਚ ਆਉਣ ਲੱਗਿਆ ਸੋ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਜੇ ਕੈਲਗਰੀ 4 ਮੈਚ ਜਿੱਤ ਜਾਣ ਹੁਣ 3 ਮੈਚ ਰਹਿੰਦੇ ਨੇ ਜੇ ਉਹ ਜਿੱਤ ਜਾਣ ਪਲੇਆਫ ਸ਼ਾਮਲ ਜੇ 2 ਮੈਚ ਜਿੱਤਣ ਅਤੇ 1 ਗੇਮ ਸ਼ੂਟ ਆਊਟ ਵਿੱਚ ਵੀ ਹਾਰ ਜਾਣ ਫਿਰ ਵੀ ਇਹ ਪਲੇਆਫ ਪਹੁੰਚਣਗੇ ਸੋ ਗੱਲਬਾਤ ਇਹ ਹੈ ਕਿ ਆਪਦੀ ਕਿਸਮਤ ਆਪਦੇ ਹੱਥ ਵੱਸ ਹੈ ਇਸ ਵੇਲੇ ਕੈਲਗਰੀ ਫਲੇਮਸ ਵਾਸਤੇ ਸੋ ਦੇਖਣਾ ਪੈਣਾ ਉਹਨਾਂ ਦੇ ਰਹਿੰਦੀਆਂ ਗੇਮਾਂ ਮੁਤਾਬਕ ਕੀ ਹੁੰਦਾ ਅੱਜ ਥੋੜ੍ਹੇ ਸਮੇਂ ਵਾਸਤੇ ਲਾਸ ਐਂਜਲਸ ਪਾਰ ਕਰ ਗਏ ਸੀ ਕੈਲਗਰੀ ਫਲੇਮਸ ਨੂੰ ਸਟੈਂਡਿੰਗ ਮੁਤਾਬਕ ਪਰ ਹੁਣ ਕੈਲਗਰੀ ਫਲੇਮਸ ਇਸ ਜਿੱਤ ਪ੍ਰਾਪਤ ਕਰਨ ਦੁਆਰਾ ਇਹ 1 ਪੁਆਇੰਟ ਅੱਗੇ ਵੱਧ ਚੁੱਕੇ ਹਨ ਲਾਸ ਐਂਜਲਸ ਨਾਲੋਂ ਇੱਕ ਹੋਰ ਮੁਕਾਬਲਾ ਵੈਸਟਰਨ ਕਾਨਫਰੰਸ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ ਵੈਨਕੂਵਰ ਵਿਨੀਪੈਗ ਦਾ ਅਤੇ ਉਹ ਵੀ ਤੁਹਾਨੂੰ ਹਾਈਲਾਈਟਸ ਅਸੀਂ ਦਿਖਾਉਣੇ ਵੀ ਕੀ ਹੋਇਆ ਸੀ ਉਸ ਮੁਕਾਬਲੇ ਦੇ ਵਿੱਚ ਸੋ ਵੈਨਕੂਵਰ ਅਤੇ ਵਿਨੀਪੈਗ ਜੋ ਪਾਲ ਮੋਰੀਸ ਕਾਫੀ ਜਿੱਤਣਾ ਜ਼ਰੂਰੀ ਸੀ ਇੱਥੇ ਵਿਨੀਪੈਗ ਲਈ ਤੇ ਪਹਿਲਾਂ ਇੱਥੇ ਬ੍ਰਾਇਨ ਲਿਟਲ ਆ ਰਿਹਾ ਸੀ ਤੇ ਲੈਕ ਰੋਕ ਕੇ ਪਰ ਫਰੋਲੀਕ ਨੂੰ ਮਿਲ ਗਈ ਪੱਕ ਤੇ ਉਹਨੇ ਪਾ ਦਿੱਤੀ ਨੈਟ ਦੇ ਵਿੱਚ ਹਾਂਜੀ ਵੈਨਕੂਵਰ ਵਾਲੇ ਸੋਚ ਰਹੇ ਸੀ ਵੀ ਥੋੜ੍ਹੀ ਜਿਹੀ ਗੋਲ ਟੈਂਡਰ ਇੰਟਰਫੀਰੈਂਸ ਹੋ ਸੀ ਇਸ ਕਰਕੇ ਸਿਰ ਹਿਲਾ ਰਿਹਾ ਵਿਲੀ ਡੇਜਾਰਡਨ ਪਰ ਰੈਫਰੀ ਨੇ ਗੱਲ ਨਹੀਂ ਮੰਨੀ 1-0 ਵਿਨੀਪੈਗ ਸੋ ਉਸ ਤੋਂ ਬਾਅਦ ਐਡਲਰ ਦਾ ਸ਼ਾਟ ਤੇ
ਕੰਧ ਦੇ ਵਿੱਚੋਂ ਤੋਹਫਾ ਮਿਲਿਆ ਹੈਨਰਿਕ ਸਿਡੀਨ ਨੂੰ ਤੇ ਉਹਨੇ ਬਣਾ ਲਿਆ ਗੋਲ। ਬਿਲਕੁਲ ਇੱਕ ਸੌਖਾ ਗੋਲ, ਕੰਧ ਤੋਂ ਆ ਕੇ ਕਪਤਾਨ ਸਿਡੀਨ ਨੇ ਕਰ ਦਿੱਤਾ ਮੈਚ ਬਰਾਬਰ। 2-1 ਜਿੱਤ ਰਹੇ ਸੀ ਹੈਮ ਹਿਊਸ, ਪਾਸ ਬਰਬੈਰਾ ਨੂੰ, ਬੜਾ ਹੀ ਖੂਬਸੂਰਤ ਪਾਸ ਇੱਥੇ ਡੈਨੀਅਲ ਵਾਸਤੇ ਤੇ ਫੇਰ ਦੁਬਾਰਾ ਗੋਲ ਵੈਨਕੂਵਰ ਦਾ। ਕਮਾਲ ਦਾ ਸੀਜ਼ਨ ਬਰਬਾਰਾ ਦਾ, ਤਾਂ ਆਹ ਦੇਖੋ ਕਿੰਨਾ ਵਧੀਆ ਪਾਸ ਡੈਨੀਅਲ ਨੂੰ ਦਿੱਤਾ। ਤੇ ਫਿਰ ਮੈਥਿਊ ਫਰੋ ਨੇ ਲੱਭਿਆ ਲੀ ਸਟੈਂਪਨੀਆਕ ਤੇ ਨੈੱਟ ਦੇ ਪਾਸੇ ਖੜਾ ਤੇ 3-2 ਜਿੱਤ ਰਹੇ ਸੀ ਫਿਰ ਵਿਨਪੈਗ ਇਸ ਪਹਿਲੇ ਪੀਰੀਅਡ ਦੇ ਵਿੱਚ ਹੀ। ਬਹੁਤ ਹੀ ਵਧੀਆ ਪਾਸ ਦਿੱਤਾ ਤੇ ਫਰੋ ਨੇ ਤੇ ਸਟੈਂਪਨੀਆਕ ਨੇ ਕਰ ਦਿੱਤਾ ਗੋ। ਜਾਣੇ ਦੂਜੇ ਪੀਰੀਅਡ ਵੱਲ, ਜਦੋਂ ਇੱਥੇ ਸਟੈਂਪਨੀਆਕ ਦੀ ਗੱਲਬਾਤ ਫਿਰ ਹੋਵੇਗੀ ਤੇ ਦੂਜੇ ਪੀਰੀਅਡ ਦੇ ਵਿੱਚ ਜੇਕਬ ਸ਼ਰੂਬਾ ਦੇ ਕੋਲ ਪੱਕ, ਸ਼ਰੂਬਾ ਆ ਰਿਹਾ ਸੀ ਤੇ ਪਾਸ ਭੇਜਿਆ ਅੱਗੇ ਵੀਲਰ ਨੂੰ, ਬੁੜ ਕੇ ਪੱਕ ਸ਼ਾਈਫਲੀ ਕੋਲ ਆ ਗਈ ਤੇ ਉਹਦਾ ਜਿਹੜਾ ਕਮਜ਼ੋਰ ਜਿਹਾ ਸ਼ਾਟ ਸੀ ਲੈਕ ਤੋਂ ਰੋਕਿਆ ਨਹੀਂ ਗਿਆ। ਓਹ ਐਡੀ ਲੈਕ, ਇੱਦਾਂ ਦੇ ਗੋਲ ਤੈਨੂੰ ਪਹੁੰਚਾਉਣੇ ਚਾਹੀਦੇ ਆ, ਇੱਦਾਂ ਦੇ ਗੋਲ ਤੇਰੇ ਵਿਰੁੱਧ ਹੋ ਨਹੀਂ ਸਕਦੇ, ਖਾਸ ਕਰਕੇ ਜਦੋਂ ਇੱਕ ਹਫ਼ਤਾ ਹੋਵੇ ਸੀਜ਼ਨ ਦੇ ਵਿੱਚ ਰਹਿੰਦਾ। 2 ਗੋਲਾਂ ਦਾ ਫਰਕ ਸੀ ਪਰ ਐਲਕਸ ਬਰੋਸ ਨੇ ਕਿਆ ਜਵਾਬ ਦਿੱਤਾ 8 ਸਕਿੰਟਾਂ ਬਾਅਦ, ਜ਼ੋਰ ਦਿਖਾ ਕੇ ਡੀਕ ਕਰਕੇ ਫਸਾਤੀ ਪੱਕ ਨੈੱਟ। ਬਿਲਕੁਲ ਜੀ, 8 ਸਕਿੰਟ ਬਾਅਦ ਵਧੀਆ ਇੱਕ ਲੀਡ ਪਾਸ, ਨੀਲੀ ਲਕੀਰ ਤੋਂ ਲੈ ਕੇ ਬਰੋਸ ਨੇ ਕਰ ਦਿੱਤਾ ਗੋਲ, 1 ਗੋਲਾਂ ਦਾ ਫਰਕ। ਸੋ ਜਾਣੇ ਹਾਂ ਹੁਣ ਆਪਾਂ ਤੀਜੇ ਪੀਰੀਅਡ ਦੇ ਵਿੱਚ, ਇਹ ਗੋਲ ਹੋਇਆ ਸੀ ਅਖੀਰਲੇ ਮਿੰਟ 'ਚ। ਤੀਜੇ ਪੀਰੀਅਡ ਦੇ ਵਿੱਚ ਕੀ ਹੋਇਆ ਯਾਦ ਰੱਖੋ, ਲੀ ਸਟੈਂਪਨੀਆਕ ਦਾ ਨਾ ਨੈੱਟ ਦੇ ਨੇੜੇ ਪਹੁੰਚ ਕੇ ਲੱਤਾਂ ਵਿਚਕਾਰੋਂ ਲੰਘਾ ਦਿੱਤੀ ਪੱਕ, ਭੁਲੇਖੇ ਦੇ ਵਿੱਚ ਪਾਤਾ ਐਡੀ ਲੈਕ ਨੂੰ, ਤਾਂ ਐਡੀ ਲੈਕ ਜ਼ਿਆਦਾ ਸੱਜੇ ਪਾਸੇ ਚੱਲ ਗਿਆ ਤਾਂ ਇਸ ਦੇ ਨਾਲ ਲੱਤਾਂ ਦਾ ਵਿਚਾਲੇ ਧੱਕ ਦਿੱਤਾ ਸਟੈਂਪਨੀਆਕ। ਦੂਜਾ ਗੋਲ ਸਟੈਂਪਨੀਆਕ ਵਾਸਤੇ, 5-3 ਦਾ ਸਕੋਰ ਅਖੀਰਲੇ ਮਿੰਟ, ਇੰਨਾ ਵਧੀਆ ਮੌਕਾ ਇੱਥੇ ਤੇ ਬਰੋਸ ਫਿਰ ਸੌਖਾ ਗੋਲ ਨੈੱਟ ਦੇ ਨੇੜੇ। ਬਿਲਕੁਲ ਜੀ, ਗੋਲ ਹੀ ਕੱਢਿਆ ਹੋਇਆ, ਐਕਸਟਰਾ ਅਟੈਕਰ ਕਰ ਦਿੱਤਾ ਮੈਚ ਨਜ਼ਦੀਕ। ਸੋ ਇੱਥੇ ਅਖੀਰਲੇ ਮਿੰਟਾਂ 'ਚ 1.5 ਮਿੰਟ ਦਾ ਸਮਾਂ ਤਕਰੀਬਨ ਰਹਿੰਦਾ ਸੀ, ਕ੍ਰਿਸ ਹਿਗਿੰਸ ਦਾ ਮੌਕਾ ਪੋਸਟ ਦੇ ਵਿੱਚ ਵੱਜਿਆ। ਸੋ 1 ਗੋਲ ਦੇ ਫਰਕ ਦੇ ਨਾਲ ਵਿਨਪੈਗ ਜੈਟਸ ਜਿੱਤ ਗਏ ਵੈਨਕੂਵਰ ਦੇ ਖਿਲਾਫ। ਸੋ ਜੇ ਆਪਾਂ ਗੱਲ ਕਰੀਏ 5-4 ਦਾ ਜਿਹੜਾ ਫਾਈਨਲ ਸਕੋਰ ਸੀ, ਵੈਸਟਰਨ ਕਾਨਫਰੰਸ ਪਲੇਆਫ ਸਟੈਂਡਿੰਗਸ ਮੁਤਾਬਕ ਇਹ ਗੇਮ ਵਿਨਪੈਗ ਵਾਸਤੇ ਜ਼ਿਆਦਾ ਜ਼ਰੂਰੀ ਸੀ ਜਿੱਤਣੀ, ਉਹ ਜਿੱਤ ਪ੍ਰਾਪਤ ਕਰ ਗਏ। ਵੈਨਕੂਵਰ ਵਾਸਤੇ ਮਿਹਨਤ ਦਾ ਤਾਂ ਕੋਈ ਸਵਾਲ ਨਹੀਂ, ਉਹਨਾਂ ਨੇ ਵੀ ਬੜੀ ਮਿਹਨਤ ਕੀਤੀ, ਪਰ ਚਲੋ ਵਿਨਪੈਗ ਦੇ ਪੱਖੋਂ ਗੱਲ ਕਰੋ ਭੁਪਿੰਦਰ ਜੀ, ਇਹ ਜਿੱਤ ਕਿੰਨੀ ਮਹੱਤਤਾ ਰੱਖਦੀ ਹੈ ਉਹਨਾਂ ਦੇ ਪਲੇਆਫ ਮੌਕਿਆਂ ਵਾਸਤੇ? ਬਹੁਤ ਵੱਡੀ ਜਿੱਤ ਹੈਗੀ ਆ, ਖਾਸ ਕਰਕੇ ਹੁਣ ਡਸਟਿਨ ਬਫਲਨ ਨੂੰ ਸਸਪੈਂਸ਼ਨ ਮਿਲੀ ਹੈਗੀ ਆ। ਡਸਟਿਨ ਬਫਲਨ ਸਿਰਫ ਅਖੀਰਲੇ ਮੈਚ ਦੇ ਵਿੱਚ ਖੇਡੇਗਾ, ਤਾਂ ਹਰੇਕ ਮੈਚ ਵਿਨਪੈਗ ਨੂੰ ਜਿੱਤਣਾ ਪੈਣਾ ਆ, ਕਿਉਂਕਿ ਜੇਕਰ ਨਹੀਂ ਜਿੱਤਦੇ ਤਾਂ ਉਹਨਾਂ ਦਾ ਪਿੱਛਾ ਕਰ ਰਹੇ ਆ ਲਾਸ ਐਂਜਲਸ ਕਿੰਗਸ, ਜਿਹੜੇ ਕਿ ਡਿਫੈਂਡਿੰਗ ਸਟੈਨਲੀ ਕੱਪ ਚੈਂਪੀਅਨ ਹੈਗੇ ਆ। ਸੋ ਮੇਰੇ ਖਿਆਲ ਪੂਰੀ ਵੈਸਟਰਨ ਕਾਨਫਰੰਸ ਚਾਹੁੰਦੀ ਆ ਭਈ ਵਿਨਪੈਗ ਪਲੇਆਫਸ ਦੇ ਵਿੱਚ ਸ਼ਾਮਲ ਹੋਣ, ਕਿਉਂਕਿ ਕੋਈ ਨਹੀਂ ਚਾਹੁੰਦਾ ਭਈ ਲਾਸ ਐਂਜਲਸ ਕਿੰਗਸ ਪਲੇਆਫਸ ਦੇ ਵਿੱਚ ਸ਼ਾਮਲ ਹੋਣ। ਅਤੇ ਵਿਨਪੈਗ ਜੇ ਆ ਜਾਣਗੇ ਨਾ ਪਲੇਆਫਸ ਦੇ ਵਿੱਚ, ਉਹਨਾਂ ਦਾ ਅਰੀਨਾ ਦਾ ਮਾਹੌਲ ਇੰਨਾ ਜ਼ਿਆਦਾ ਉਤਸ਼ਾਹਿਤ ਹੈ, ਉੱਥੇ ਤਾਂ ਕੋਈ ਹੋਰ ਕੁਛ ਸੁਣਾਈ ਨਹੀਂ ਦੇਣਾ ਪ੍ਰੇਮੀਆਂ ਦੀ ਆਵਾਜ਼ ਤੋਂ ਬਿਨਾਂ ਜਿਹੜੇ ਵਿਨਪੈਗ ਜੈਟਸ ਦੇ ਹੈਗੇ ਨੇ ਫੈਨਸ। ਪਰ ਵੈਨਕੂਵਰ ਪੱਖੋਂ ਚਲੋ ਅੱਜ ਇਹ ਹਾਰ ਗਏ, ਪਰ ਫਿਰ ਵੀ ਪਲੇਆਫ ਦੇ ਸਥਾਨ ਦੇ ਵਿੱਚ ਹਨ, ਪਰ ਆਉਣ ਵਾਲੇ ਸਮੇਂ 'ਚ ਫਿਰ ਵੈਨਕੂਵਰ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ? ਜੇ ਜਿੱਤ ਲੈਂਦੇ ਅੱਜ ਉਹ ਕਲਿੰਚ ਕਰਦੇ ਸੀਗੇ ਪਲੇਆਫ ਪੋਜੀਸ਼ਨ, ਪਰ ਇਹਨਾਂ ਦਾ ਮਹੱਤਵਪੂਰਨ ਮੈਚ ਹੋਣ ਜਾ ਰਿਹਾ ਮੰਡੇ ਨੂੰ, ਸੋਮਵਾਰ ਨੂੰ, ਉਹ ਹੈਗਾ ਲਾਸ ਐਂਜਲਸ ਕਿੰਗਸ ਦੇ ਵਿਰੁੱਧ। ਜੇ ਉਹ ਮੈਚ ਜਿੱਤ ਜਾਣ ਇਹ ਕੰਟਰੋਲ 'ਚ ਹੈਗੇ ਨੇ, ਜੇ ਉਹ ਮੈਚ ਹਾਰ ਗਏ ਫਿਰ ਲੱਗਦਾ ਜਿਹੜਾ ਦੂਜਾ ਸਥਾਨ ਹੈਗਾ ਪੈਸੀਫਿਕ ਡਿਵੀਜ਼ਨ ਦੇ ਵਿੱਚ ਉਹ ਹਾਰ ਸਕਦੇ ਨੇ ਲਾਸ ਐਂਜਲਸ ਨੂੰ। ਕਮਾਲ ਦੀ ਗੱਲ ਇਹ ਹੈ ਕਿ ਵਿਨਪੈਗ, ਵੈਨਕੂਵਰ ਅਤੇ ਕੈਲਗਰੀ, ਇਹਨਾਂ ਤੋਂ ਤਿੰਨਾਂ ਸ਼ਹਿਰਾਂ ਦੀ ਟੀਮਾਂ ਦੀ ਕਿਸਮਤ ਲੱਗਦਾ ਕੋਈ ਨਾ ਕੋਈ ਲਾਸ ਐਂਜਲਸ ਨਾਲ ਤਾਲਮੇਲ ਰੱਖਦੀ ਹੈ। ਸੋ ਇਸ ਗੱਲ ਦਾ ਜ਼ਰੂਰ ਸਾਰਿਆਂ ਨੂੰ ਧਿਆਨ ਰੱਖਣਾ ਪੈਣਾ। ਸੋ ਜਾਣੇ ਹੁਣ ਲਾਸ ਐਂਜਲਸ ਦੇ ਮੁਕਾਬਲੇ ਬਾਰੇ, ਜੋ ਕਾਲੋਰਾਡੋ ਐਵਲੈਂਚ ਦੇ ਵਿਰੁੱਧ ਖੇਡੇ ਸੀ, ਅਤੇ ਦੱਸਦੇ ਹਾਂ ਤੁਹਾਨੂੰ ਉੱਥੇ ਕੀ ਹੋਇਆ। ਅਤੇ ਲਾਸ ਐਂਜਲਸ ਬਹੁਤ, ਇਹਨਾਂ ਦੀ ਗੱਡੀ ਨੂੰ ਕੌਣ ਰੋਕੇ, ਆ ਰਿਹਾ ਸੀ ਡਵਾਈਟ ਕਿੰਗ ਨੂੰ, ਕਿਆ ਤੋਹਫਾ ਮਿਲਿਆ ਤੇ ਕੋਈ ਕਸਰ ਨਹੀਂ ਛੱਡੀ। ਸ਼ਾਟ ਲਾਓ ਤਾਂ ਰੀਬਾਉਂਡ ਨਿਕਲਣਾ ਹੈਗਾ, ਤਾਂ ਪੂਰਾ ਫਾਇਦਾ ਉਠਾਇਆ ਡਵਾਈਟ ਕਿੰਗ ਨੇ। ਕਿੰਗ ਇਜ਼ ਕਿੰਗ, ਵਾਹ ਜੀ ਵਾਹ, 1-0 ਜਿੱਤ ਰਹੇ ਸੀ। ਤੇ ਦੂਜੇ ਪੀਰੀਅਡ ਵੱਲ ਜਾਂਦੇ ਆ, ਲੈਂਡਿਸ ਕਾਗ ਦਾ ਸ਼ਾਟ ਤੇ ਉਹ ਰਾਇਲੀ ਨੇ ਫਸਾ ਦਿੱਤੀ ਪੱਕ, ਇੱਕ ਇੱਕ ਤੇ ਬਰਾਬਰ ਕਹਾਣੀ ਹੈ। ਬਿਲਕੁਲ ਜੀ, ਆ ਤਾਂ ਕੁਇਕ ਨੂੰ ਰੋਕਣੀ ਚਾਹੀਦੀ ਸੀਗੀ ਪਰ ਕੰਟਰੋਲ ਨਾ ਕਰ ਸਕਿਆ ਜੀ। ਬਿਲਕੁਲ, ਫਿਰ ਉਸ ਤੋਂ ਬਾਅਦ ਐਲਕ ਮਾਰਟੀਨੇਜ਼ ਨੂੰ ਮਿਲ ਜਾਣੀ ਹੈ ਪੱਕ, ਇੱਥੇ ਦੇਖੋ ਕਿਸ ਤਰ੍ਹਾਂ ਪੱਕ, ਉਹ ਵੀ ਬੁੜ ਕੇ ਆਈ ਤੇ ਉਹਨੇ ਵੀ ਤੰਗ ਦਿੱਤੀ ਪੱਕ। ਮਾਰਟੀਨੇਜ਼ ਪਿਛਲੇ ਸਾਲ ਦਾ ਸਟੈਨਲੀ ਕੱਪ ਜਿੱਤਵਾ ਗੋਲ ਇਹਨੇ ਕੀਤਾ, ਪਰ ਇੱਥੇ ਵੀ ਇੱਕ ਅਜੀਬ ਜਿਹਾ ਗੋਲ ਬਣਾ ਦਿੱਤਾ ਜੀ। ਬਿਲਕੁਲ, ਸੋ ਇੱਥੇ ਐਲਕ ਮਾਰਟੀਨੇਜ਼ ਦੇ ਗੋਲ ਦੇ ਨਾਲ 1 ਗੋਲ ਦਾ ਫਰਕ ਪੈ ਗਿਆ, 2-1 ਜਿੱਤ ਰਹੇ ਸੀ ਲਾਸ ਐਂਜਲਸ ਕਿੰਗਸ। ਉਹਨਾਂ ਦੇ ਪ੍ਰੇਮੀ ਕਿੰਨੇ ਖੁਸ਼, ਤੀਜੇ ਪੀਰੀਅਡ ਦੇ ਵਿੱਚ ਠਹਿਰ ਕੇ ਜਾ ਕੇ ਮੈਰਿਨ ਗੈਬਰਿਕ ਨੇ 3-1 ਦਾ ਸਕੋਰ ਕਰ ਦਿੱਤਾ। ਸੋ ਜਾਨਥਨ ਕੁਇਕ ਬਾਰੇ ਵੀ ਸਵਾਲ ਉਠਾਏ ਜਾ ਰਹੇ ਸੀ, ਲਾਸ ਐਂਜਲਸ ਦੀ ਪੂਰੀ ਟੀਮ ਬਾਰੇ ਸਵਾਲ ਉਠਾਏ ਜਾ ਰਹੇ ਸੀ, ਪਰ ਗੱਲ ਇਹ ਹੈ
ਟੀਮ ਹੈ ਬਹੁਤ ਤਕੜੀ ਸ਼ਾਇਦ ਥੋੜ੍ਹੇ ਜਿਹੇ ਥੱਕੇ ਹੋਣ ਕਿਉਂਕਿ ਪਿਛਲੇ ਕਈ ਸਾਲਾਂ 'ਚ ਇਹਨਾਂ ਨੂੰ ਕਾਫੀ ਗੇਮਾਂ ਖੇਡਣੀਆਂ ਪਈਆਂ ਭੁਪਿੰਦਰ ਜੀ ਤੁਹਾਡੇ ਮੁਤਾਬਕ ਲਾਸ ਐਂਜਲਸ ਪਹੁੰਚਣਗੇ ਪਲੇਆਫ ਦੇ ਵਿੱਚ ਜਾਂ ਨਹੀਂ ਕੀ ਵਿਚਾਰ ਹਨ ਤੁਹਾਡੇ ਮੈਨੂੰ ਲੱਗਦਾ ਉਹਨਾਂ ਨੇ ਪਹੁੰਚਣਾ ਕਿਉਂਕਿ ਤਜਰਬੇਦਾਰ ਟੀਮ ਕਾਫੀ ਹੈਗੀ ਆ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਨੇ ਸਿਰਫ ਇੱਕ ਪਲੇਆਫ ਸੀਰੀਜ਼ ਹਾਰੀ ਹੈਗੀ ਆ ਤਾਂ ਉਹ ਵੀ ਸ਼ਿਕਾਗੋ ਬਲੈਕ ਹਾਕਸ ਦੇ ਹੱਥੋਂ ਹਾਰੀ ਆ ਜਿਹੜੇ ਕਿ ਉਹਨਾਂ ਨੇ ਸਟੈਨਲੀ ਕੱਪ ਜਿੱਤਿਆ ਸੀ ਸੋ ਦੇਖ ਲਓ ਵੀ ਕਿੱਡੀ ਵਧੀਆ ਟੀਮ ਹੈਗੀ ਆ ਸੋ ਭਾਵਾਂ ਜੋ ਮਰਜ਼ੀ ਹੋ ਜਾਵੇ ਭਾਵਾਂ 8ਵੇਂ ਸਥਾਨ 'ਤੇ ਹੋਣ ਪਹਿਲੇ ਸਥਾਨ 'ਤੇ ਹੋਣ ਕੋਈ ਫਰਕ ਨਹੀਂ ਕਿਉਂਕਿ ਜੇਕਰ ਲਾਸ ਐਂਜਲਸ ਪਹੁੰਚ ਜਾਂਦੇ ਆ ਤਾਂ ਕੋਈ ਨਹੀਂ ਖੇਡਣਾ ਚਾਹੁੰਦਾ ਲਾਸ ਐਂਜਲਸ ਦੇ ਵਿਰੁੱਧ ਆਓ ਬਿਲਕੁਲ ਜੀ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਹਰਪ੍ਰੀਤ ਜੀ ਵੀ ਸਾਰੇ ਚਾਹੁੰਦੇ ਵੀ ਵੈਨਕੂਵਰ ਅਤੇ ਕੈਲਗਰੀ ਆਪਸ ਵਿੱਚ ਖੇਡਣ ਦਿਖਾਈਏ ਤੁਹਾਨੂੰ ਵੈਸਟਰਨ ਕਾਨਫਰੰਸ ਸਟੈਂਡਿੰਗਸ ਜੋ ਕਿੱਥੇ ਤੱਕ ਹਨ ਅੱਜ ਰਾਤ ਸਾਰੀਆਂ ਗੇਮਾਂ ਤੋਂ ਬਾਅਦ ਸੋ ਲਾਸ ਐਂਜਲਸ ਭਾਵੇਂ ਬਰਾਬਰ ਹਨ ਵਿਨਪੈਗ ਦੇ ਨਾਲ ਪਰ ਜਿਸ ਹਿਸਾਬ ਨਾਲ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਸ਼ੂਟ ਆਊਟ ਤੋਂ ਬਿਨਾਂ ਜਿੱਤਾਂ ਇਹਨਾਂ ਦੀਆਂ ਜ਼ਿਆਦਾ ਹਨ ਸੋ ਉਸ ਕਰਕੇ ਉਹ ਵਾਈਲਡ ਕਾਰਡ ਦਾ ਪੱਤਾ ਜੰਗਲੀ ਪੱਤਾ ਉਹਨਾਂ ਦੇ ਹੱਥਾਂ 'ਚ ਹੈ ਕੈਲਗਰੀ ਅਤੇ ਵੈਨਕੂਵਰ ਜੇ ਅੱਜ ਪਲੇਆਫ ਸ਼ੁਰੂ ਹੋਣ ਤਾਂ ਇਹਨਾਂ ਦੇ ਆਪਸ ਵਿੱਚ ਮੁਕਾਬਲਾ ਹੋਵੇ ਹਾਂਜੀ ਬਿਲਕੁਲ ਜੀ ਪਰ ਇੱਕ ਖਿਆਲ ਜ਼ਰੂਰ ਰੱਖਣ ਵਾਲੀ ਗੱਲ ਇਹ ਆ ਵੀ ਕੈਲਗਰੀ ਨੇ ਇੱਕ ਵੱਧ ਗੇਮ ਖੇਡੀ ਆ ਲਾਸ ਐਂਜਲਸ ਅਤੇ ਵਿਨਪੈਗ ਨਾਲੋਂ ਸੋ ਜੇਕਰ ਵਿਨਪੈਗ ਅਤੇ ਲਾਸ ਐਂਜਲਸ ਉਸਦਾ ਫਾਇਦਾ ਉਠਾ ਸਕਦੇ ਆ ਤਾਂ ਉਹ ਪਲੇਆਫ ਦੇ ਵਿੱਚ ਪਹੁੰਚਣਗੇ ਤਾਂ ਕੈਲਗਰੀ ਬਾਹਰ ਰਹਿ ਜਾਣਗੇ ਸੋ ਇਹ ਜ਼ਰੂਰ ਖਿਆਲ ਰੱਖਣ ਵਾਲੀ ਗੱਲ ਹੈਗੀ ਆ ਕੈਲਗਰੀ ਦੇ ਹਰਪ੍ਰੀਤ ਜੀ ਤੁਸੀਂ ਵੀ ਗੱਲ ਕਰ ਰਹੇ ਸੀ ਮੇਰੇ ਨਾਲ ਅੱਗੇ ਵੀ ਕਾਫੀ ਜ਼ਿਆਦਾ ਹਜੇ ਫਰਕ ਪੈ ਸਕਦਾ ਸਟੈਂਡਿੰਗਸ ਮੁਤਾਬਕ ਰਹਿੰਦੀਆਂ ਗੇਮਾਂ ਮੁਤਾਬਕ ਭਾਵੇਂ ਕਿ ਥੋੜ੍ਹੀਆਂ ਹੀ ਰਹਿੰਦੀਆਂ ਕੈਨੇਡੀਅਨ ਫੈਨਸ ਚਾਹੁੰਦੇ ਨੇ ਵੀ 3 ਟੀਮਾਂ ਪਹੁੰਚਣ ਜਿਹੜੀਆਂ ਹੈਗੀਆਂ ਨੇ ਵੈਸਟਰਨ ਕਾਨਫਰੰਸ ਵਿੱਚ ਵੈਨਕੂਵਰ ਕੈਲਗਰੀ ਅਤੇ ਵਿਨਪੈਗ ਸੋ ਜੇ ਇਹ ਰਲ ਕੇ ਲਾਸ ਐਂਜਲਸ ਦੇ ਵਿਰੁੱਧ ਹਰਾ ਸਕਦੇ ਨੇ ਹੁਣ ਕੈਲਗਰੀ ਦਾ ਮੈਚ ਰਹਿੰਦਾ ਲਾਸ ਐਂਜਲਸ ਨਾਲ ਵੈਨਕੂਵਰ ਦਾ ਮੈਚ ਰਹਿੰਦਾ ਲਾਸ ਐਂਜਲਸ ਨਾਲ ਅਤੇ ਵਿਨਪੈਗ ਦਾ ਵੀ ਰਹਿੰਦਾ ਸੋ ਮਾਫ ਕਰਨਾ ਐਡਮਿੰਟਨ ਨਾਲ ਸੋ ਜੇ ਇਹ ਲਾਸ ਐਂਜਲਸ 2 ਗੇਮਾਂ ਹਾਰ ਜਾਣ ਮੈਨੂੰ ਲੱਗਦਾ ਵੀ ਕੈਲਗਰੀ ਅਤੇ ਵੈਨਕੂਵਰ ਦਾ ਮੈਚ ਪੱਕਾ ਹੋਵੇਗਾ ਪਹਿਲੇ ਰਾਊਂਡ ਦੇ ਵਿੱਚ ਸੋ ਇਸ ਦੇ ਨਾਲ ਫਾਇਦੇ ਵੀ ਹਨ ਅਤੇ ਇਹਦਾ ਫਾਇਦਾ ਇੱਕ ਵੀ ਇੱਕ ਕੈਨੇਡੀਅਨ ਸ਼ਹਿਰ ਤਾਂ ਦੂਜੇ ਰਾਊਂਡ ਦੇ ਵਿੱਚ ਜਾਵੇਗਾ ਪਰ ਇਹਦੇ ਵਿੱਚ ਇੱਕ ਗੱਲ ਇਹ ਆ ਕਿ ਵੈਨਕੂਵਰ ਜਾਂ ਕੈਲਗਰੀ ਪਹਿਲੇ ਰਾਊਂਡ ਦੇ ਵਿੱਚ ਫਿਰ ਹਾਰ ਜਾਣਗੇ ਤੁਹਾਡੇ ਮੁਤਾਬਕ ਇਹ ਕਿਹੜੀ ਗੱਲ ਵਧੀਆ ਹੋਣੀ ਚਾਹੀਦੀ ਹੈ ਕੈਨੇਡੀਅਨ ਸ਼ਹਿਰਾਂ ਪੱਖੋਂ ਵੈਸਟਰਨ ਕਾਨਫਰੰਸ ਦੇ ਵਿੱਚ ਮੈਨੂੰ ਲੱਗਦਾ ਸਾਰੇ ਚਾਹੁੰਦੇ ਆ ਵੀ ਵੈਨਕੂਵਰ ਅਤੇ ਕੈਲਗਰੀ ਪਹੁੰਚ ਜਾਣ ਪੈਸੀਫਿਕ ਡਿਵੀਜ਼ਨ ਦੇ ਵਿੱਚ ਜੇ ਵਿਨਪੈਗ ਪਹੁੰਚ ਕੇ ਵਾਈਲਡ ਕਾਰਡ ਦੇ ਵਿੱਚ ਉਹ ਵੀ ਵਧੀਆ ਗੱਲ ਹੋਵੇਗੀ ਪਰ ਫਿਰ ਅਸੀਂ ਗੱਲ ਕਰ ਲੈਂਦੇ ਲਾਸ ਐਂਜਲਸ ਕਿੰਗਸ ਇੱਦਾਂ ਦੀ ਟੀਮ ਹੈਗੀ ਆ ਜੋ ਪਿਛਲੇ ਸਾਲ 3-0 ਦੀ ਲੀਡ ਹੈਗੀ ਸੀ ਪਲੇਆਫ ਸੀਰੀਜ਼ ਦੇ ਵਿੱਚ ਸੈਨ ਹੋਜ਼ੇ ਵਿਰੁੱਧ ਕੀ ਹੋਇਆ ਲਾਸ ਐਂਜਲਸ ਨੇ ਫਿਰ ਮੁੜ ਕੇ ਹਾਰੇ ਨਹੀਂ ਉਸ ਸੀਰੀਜ਼ ਦੇ ਵਿੱਚ ਤਾਂ 4 ਲਗਾਤਾਰ ਮੈਚ ਜਿੱਤ ਕੇ ਉਹਨਾਂ ਨੂੰ ਕੱਢ ਦਿੱਤਾ ਸੈਨ ਹੋਜ਼ੇ ਨੂੰ 7ਵੇਂ ਮੁਕਾਬਲੇ ਦੇ ਵਿੱਚ ਐਨਹਾਈਮ ਨੂੰ ਹਰਾਇਆ 7ਵੇਂ ਮੁਕਾਬਲੇ ਦੇ ਵਿੱਚ ਸ਼ਿਕਾਗੋ ਨੂੰ ਹਰਾਇਆ ਸੋ ਲਾਸ ਐਂਜਲਸ ਦੀ ਇਹ ਵੀ ਸੋਚ ਹੈਗੀ ਵੀ ਜਿਹੜਾ ਹਰੇਕ ਮੈਚ ਅਸੀਂ ਖੇਡਣਾ ਉਹ 7ਵਾਂ ਮੁਕਾਬਲਾ ਹੋਣਾ ਸੋ ਕੀ ਵੈਨਕੂਵਰ ਜਾਂ ਕੈਲਗਰੀ ਉਹਨਾਂ ਨੂੰ ਹਰਾ ਸਕਦੇ ਇਸ ਸਿਚੁਏਸ਼ਨ ਦੇ ਵਿੱਚ ਔਖੀ ਗੱਲ ਆ ਪਰ ਇੱਕ ਗੱਲ ਉਹਨਾਂ ਦੀ ਫਾਇਦੇ ਦੇ ਵਿੱਚ ਇਹ ਹੈਗੀ ਆ ਵੀ ਵੈਨਕੂਵਰ ਅਤੇ ਕੈਲਗਰੀ ਦੇ ਵਿੱਚ ਮੁਕਾਬਲੇ ਖੇਡਣ ਜਾਣਗੇ ਦਰਸ਼ਕੋ ਇੱਕ ਆਟਵਾ ਵਾਸ਼ਿੰਗਟਨ ਦਾ ਮੁਕਾਬਲਾ ਵੀ ਦਿਲਚਸਪ ਸੀ ਕਿਉਂਕਿ ਆਟਵਾ ਕੋਸ਼ਿਸ਼ ਕਰ ਰਹੇ ਹਨ ਪਲੇਆਫ ਤੱਕ ਜਾਣ ਦੀ ਅਤੇ ਉਹ ਵੀ ਤੁਹਾਨੂੰ ਦਿਖਾ ਦਈਏ ਕੀ ਹੋਇਆ ਕਿਉਂਕਿ ਆਟਵਾ ਸੈਨੇਟਰਸ ਪਲੇਆਫ ਦੇ ਨੇੜੇ ਦੇੜੇ ਪਹੁੰਚੇ ਹੋਏ ਨੇ ਅਤੇ ਬਹੁਤ ਆਸਾਂ ਉਮੀਦਾਂ ਉਹਨਾਂ ਦੀਆਂ ਪ੍ਰੇਮੀਆਂ ਦੀਆਂ ਜਿੱਤਣਾ ਜ਼ਰੂਰੀ ਸੀ ਸੋ ਇੱਥੇ ਦੇਖੋ ਵਾਸ਼ਿੰਗਟਨ ਕੈਪੀਟਲਸ ਉਹਨਾਂ ਦੀ ਬੈਡ ਲਾਈਨ ਚੇਂਜ ਕਾਰਨ ਮਾਰਕ ਸਟੋਨ ਨੂੰ ਮਿਲ ਗਈ ਜਗ੍ਹਾ 'ਤੇ ਟੰਗ ਦਿੱਤੀ ਪਾ ਕੇ 1-0 ਬਹੁਤ ਹੀ ਵਧੀਆ ਸ਼ਾਟ ਤਾਂ ਦੇਖ ਲਓ ਕਿੱਥੇ ਭੇਜਿਆ ਪੱਕ ਉੱਪਰਲੇ ਕੋਨੇ ਦੇ ਵਿੱਚ ਤਾਂ ਇੱਦਾਂ ਦੇ ਸ਼ਾਟ ਮਾਰ ਤਾਂ ਗੋਲ ਹੋਣੇ ਹੀ ਹੋਣੇ ਸੋ ਇੱਥੇ ਨੈੱਟ ਦੇ ਮੂਹਰੇ ਜਾ ਪਹੁੰਚੀ ਪੱਕ ਪਰ ਇੱਥੇ ਹੋਲਕਬੀ ਨੇ ਕੱਢ ਦਿੱਤੀ ਬਾਹਰ ਸੋ ਡਿਲੇਵ ਗੇਮ ਪੈਨਲਟੀ ਅਤੇ ਪਹਿਲਾਂ ਹੀ 2 ਖਿਡਾਰੀਆਂ ਵੱਧ ਫਾਇਦਾ ਸੀ ਪਾਵਰ ਪਲੇ ਸੋ ਕਾਫੀ ਲੰਮੇ ਸਮੇਂ ਵਾਸਤੇ 2 ਖਿਡਾਰੀ ਵੱਧ ਇੱਥੇ ਆਟਵਾ ਦੇ ਨਿਕਲੇ ਮਕਾਰਥਰ ਨੇ ਵੀ ਬਣਾ ਲਿਆ ਗੋਲ 2-0 ਆਟਵਾ ਬਿਲਕੁਲ ਜੀ ਮੁਸ਼ਕਿਲ ਆ ਪੈਨਲਟੀ ਕਰਦਾ ਜਦੋਂ 2 ਬੰਦੇ ਘੱਟ ਨੇ ਇੱਥੇ ਕਰ ਦਿੱਤਾ ਗੋਲ 2 ਖਿਡਾਰੀ ਹਜੇ ਵੀ ਫਾਇਦਾ ਉਠਾ ਰਹੇ ਸੀ ਬਾਬੀ ਰਾਇਨ ਪਾਸ ਭੇਜਿਆ ਜ਼ਬਿਨ ਅਜਾਦ ਨੇ ਕਰਤਾ ਗੋਲ ਬਾਬੀ ਰਾਇਨ ਨੇ ਪਾਸ ਦਿੱਤਾ ਜ਼ਬਿਨ ਅਜਾਦ ਨੇ ਕਰ ਦਿੱਤਾ ਪਾਵਰ ਪਲੇ ਗੋਲ 3-0 ਆਟਵਾ ਸੈਨੇਟਰਸ ਜਿੱਤ ਰਹੇ ਸੀ ਇਸ ਪਹਿਲੇ ਪੀਰੀਅਡ ਦੇ ਵਿੱਚ ਪਰ ਐਲਕਸ ਓਵੇਚਕਿਨ ਦੇ ਵਾਸ਼ਿੰਗਟਨ ਕੈਪੀਟਲਸ ਦੀ ਟੀਮ ਦੂਜੇ ਪੀਰੀਅਡ ਵੱਲ ਜਾਂਦੇ ਹੈ ਅਤੇ ਦੇਖੋ ਕੀ ਹੋਇਆ ਇੱਥੇ ਪਾਸ ਅੱਗੇ ਭੇਜਿਆ ਅਤੇ ਬੈਕਸਟਰਮ ਦਾ ਸ਼ਾਟ ਚਲਾ ਗਿਆ ਨੈੱਟ ਦੇ ਵਿੱਚ ਇੱਥੇ ਲੱਗਦਾ ਗ੍ਰੀਨ ਤੋਂ ਹਾਂਜੀ ਬਰਾਵਰ ਨੈੱਟ ਦੇ ਮੂਹਰੇ ਖੜਾ ਸੀ ਹੈਮਨ ਨੂੰ ਬਿਲਕੁਲ ਨਹੀਂ ਦਿਸਿਆ ਤਾਂ ਇਸੇ ਕਾਰਨ ਪਹਿਲਾ ਗੋਲ ਕਰਕੇ ਵਾਸ਼ਿੰਗਟਨ ਅਤੇ ਬਰਾਵਰ ਦਾ ਨਾਂ ਚੇਤੇ ਰੱਖੋ ਕਿਉਂਕਿ ਬਰਾਵਰ ਨੇ ਹੀ ਬਣਾ ਲਿਆ ਗੋਲ ਇੱਥੇ ਬਰਾਬਰ ਕਰ ਦਿੱਤੀ ਕਹਾਣੀ ਜਿੱਥੇ ਅੱਗੇ ਜਿੱਤ ਰਹੇ ਸੀ 3-0 ਆਟਵਾ ਬਿਲਕੁਲ ਪਿਛਲੇ 2 ਹਫ਼ਤਿਆਂ 'ਚ ਇਹਨਾਂ ਨੇ 3 ਵਾਰੀ ਇੱਦਾਂ 3 ਗੋਲ ਜਾਂ 2 ਗੋਲ ਦੀਆਂ ਲੀਡਾਂ ਇਹਨਾਂ ਨੇ ਖਰਾਬ ਕੀਤੀਆਂ ਨੇ ਸੋ ਓਵਰ ਟਾਈਮ ਦੇ ਵਿੱਚ ਤਾਂ ਪਹੁੰਚਣੀ ਸੀ ਗੇਮ ਆ ਸੀ ਮਾਫ ਕਰਨਾ ਬਰਾਵਰ ਦਾ ਗੋਲ ਬਰਾਵਰ ਉੱਥੇ ਪਹਿਲਾਂ ਨੈੱਟ ਦੇ ਨੇੜੇ ਖੜਾ ਸੀ
ਤੇ ਆ ਬਰਾਵਰ ਨੇ ਬਣਾ ਲਿਆ ਗੋਲ 3-3 ਤੇ ਬਰਾਬਰ ਹੋ ਗਈ ਕਹਾਣੀ ਇੱਥੇ ਮਾਫ ਕਰਨਾ ਦਰਸ਼ਕੋ ਤੇ ਆ ਦੇਖੋ ਆਟਵਾ ਦੇ ਪ੍ਰੇਮੀ ਕਿਵੇਂ ਸਿਰ ਹਿਲਾ ਰਹੇ ਸੀਗੇ ਤੇ ਹੁਣ ਅੱਗੇ ਮਾਈਕ ਗ੍ਰੀਨ ਆ ਗਿਆ ਗ੍ਰੀਨ ਦਾ ਪਾਸ ਪਿੱਛੇ ਪਰ ਕਾਇਲ ਥਰਿਸ ਨੂੰ ਬ੍ਰੇਕ ਅਵੇ ਮਿਲ ਗਿਆ ਤੇ ਇੱਥੇ ਕਾਇਲ ਥਰਿਸ ਆ ਰਿਹਾ ਬ੍ਰੇਕ ਅਵੇ ਤੇ ਮਾਰਿਆ ਸ਼ਾਟ ਕੀਤਾ ਗੋਲ ਜਿੱਤ ਪ੍ਰਾਪਤ ਕਰ ਗਏ ਆਰਵਾ ਸੈਨੇਟਰਸ ਬਿਲਕੁਲ ਜੀ ਇਹਦੀ ਬ੍ਰੇਕ ਅਵੇ ਸ਼ੁਰੂ ਕਿੱਥੇ ਹੋਏਗੀ ਆਪਣੇ ਜ਼ੋਨ ਚੋਂ ਥੱਕਿਆ ਵੀ ਹੋਇਆ ਕੋਈ ਜਿੰਨੀ ਵੀ ਜਾਨ ਰਹਿੰਦੀ ਸੀ ਉਹਦੇ ਵਿੱਚ ਕਰ ਦਿੱਤਾ ਗੋਲ ਤੇ ਈਸਟਰਨ ਕਾਨਫਰੰਸ ਸਟੈਂਡਿੰਗਸ ਮੁਤਾਬਕ ਆਟਵਾ ਭਾਵੇਂ ਜਿੱਤ ਗਏ ਪਰ ਜ਼ਿਆਦਾ ਫਰਕ ਨਹੀਂ ਪਿਆ ਭੁਪਿੰਦਰ ਜੀ ਬਿਲਕੁਲ ਜੀ ਕਿਉਂਕਿ ਡਿਟਰੋਇਟ ਵੀ ਜਿੱਤ ਗਏ ਉਹਨਾਂ ਕੋਲ ਵੀ 55 ਪੁਆਇੰਟ ਹੋ ਗਏ ਆ ਤਾਂ ਬੋਸਟਨ ਵੀ ਜਿੱਤ ਗਏ ਸੋ 3 ਪੁਆਇੰਟਸ ਦਾ ਪਿੱਛਾ ਕਰ ਰਹੇ ਆ ਆਟਵਾ ਸੋ ਜਦੋਂ ਉਹ ਵੀ ਜਿੱਤ ਜਾਂਦੇ ਆ ਤਾਂ ਵਿਰੋਧੀ ਟੀਮਾਂ ਵੀ ਜਿੱਤ ਜਾਂਦੀਆਂ ਫਿਰ ਤਾਂ ਔਖੀ ਗੱਲ ਹੋ ਜਾਂਦੀ ਆਟਵਾ ਲਈ ਸੋ ਕਿੱਦਾਂ ਉਹ ਫਰਕ ਲੱਗ ਗਏ ਕਰਨ ਮੈਨੂੰ ਨਹੀਂ ਲੱਗਦਾ ਵੀ ਆਟਵਾ ਪਹੁੰਚਣਗੇ ਪਲੇਅਸ ਦੇ ਵਿੱਚ ਕਿਉਂਕਿ ਸਥਿਤੀ ਥੋੜ੍ਹੀ ਜਿਹੀ ਉਹਨਾਂ ਲਈ ਔਖੀ ਹੈਗੀ ਹਰਪ੍ਰੀਤ ਜੀ ਇਹ ਗੱਲ ਬਹੁਤ ਹੁੰਦੀ ਹੈ ਫਿਰ ਜਿਹੜੀਆਂ ਟੀਮਾਂ ਪਲੇਅਆਫ ਦੇ ਨੇੜੇ ਪਹੁੰਚ ਜਾਂਦੀਆਂ ਪਰ ਪਲੇਅਆਫ ਦੇ ਵਿੱਚ ਨਹੀਂ ਪਹੁੰਚਦੀਆਂ ਕਿਉਂਕਿ ਡਰਾਫਟ ਪਿੱਕ ਮੁਤਾਬਕ ਇਹਨਾਂ ਨੂੰ ਜ਼ਿਆਦਾ ਵਧੀਆ ਫਿਰ ਖਿਡਾਰੀ ਚੁਣਨ ਦਾ ਮੌਕਾ ਨਹੀਂ ਮਿਲਦਾ ਤੁਹਾਡੇ ਹਿਸਾਬ ਨਾਲ ਫਿਰ ਆਟਵਾ ਦਾ ਸੀਜ਼ਨ ਐਵੇਂ ਬੇਕਾਰ ਗਿਆ ਨਹੀਂ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਜੇ ਦੋ 3 ਪੁਆਇੰਟ ਦਾ ਫਰਕ ਰਹਿ ਜਾਂਦਾ ਇਹ ਜ਼ਰੂਰੀ ਨਹੀਂ ਹੈਗੀ ਵੀ ਤੁਸੀਂ ਪਿੱਛੇ ਡਰਾਫਟ ਪਿੱਕ ਦੇ ਮਗਰ ਤੁਸੀਂ ਹੋਣਾ ਭੁਪਿੰਦਰ ਜੀ ਆਉਣ ਵਾਲੇ ਸਮੇਂ 'ਚ ਕਿਹੜਾ ਗੋਲ 'ਚ ਹੋਣਾ ਚਾਹੀਦਾ ਆਟਵਾ ਦਾ ਹੈਮੰਡ ਐਂਡਰਸਨ ਜਾਂ ਲੈਨਰ ਜੋ ਵੀ ਹੋਇਆ ਅਸਲ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਵੀ ਭਾਵੇਂ ਕਿ ਹੈਮੰਡ ਵਧੀਆ ਖੇਡਿਆ ਹਾਲੇ ਤੁਸੀਂ ਭਰੋਸਾ ਨਹੀਂ ਰੱਖ ਸਕਦੇ ਐਂਡਰੂ ਹੈਮੰਡ 'ਤੇ ਕਿਉਂਕਿ ਇਹਦੇ ਅੰਕੜੇ ਪਿਛਲੇ ਕਈ ਲੀਗਸ ਦੇ ਵਿੱਚ ਮਾਈਨਰ ਲੀਗਸ ਦੇ ਵਿੱਚ ਜਿਹੜਾ ਇਤਿਹਾਸ ਇਹਦਾ ਹੋਇਆ ਕਾਫੀ ਵਧੀਆ ਨਹੀਂ ਰਿਹਾ ਸੋ ਭਾਵੇਂ ਕਿ ਚੰਗਾ ਖੇਡ ਰਿਹਾ ਪਰ ਅਸਲ ਵਿੱਚ ਫਿਊਚਰ ਦੇ ਵਿੱਚ ਪਤਾ ਨਹੀਂ ਕੀ ਦਰਸ਼ਕੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢਿਆ ਸਾਡੇ ਲਈ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਵਿੱਚ ਅਗਲੇ ਹਫਤੇ ਅਪ੍ਰੈਲ 11 ਤਰੀਕ ਨੂੰ ਮੌਂਟਰੀਅਲ ਅਤੇ ਟੋਰਾਂਟੋ ਦਾ ਮੁਕਾਬਲਾ ਦਿਖਾਵਾਂਗੇ ਉਸ ਤੋਂ ਬਾਅਦ ਐਡਮਿੰਟਨ ਵੈਨਕੂਵਰ ਸੋ 4 ਦੇ 4 ਸ਼ਹਿਰ ਪੂਰੇ ਕੈਨੇਡਾ ਦੇ ਹੋਣਗੇ ਸੋ ਬਹੁਤ ਬਹੁਤ ਧੰਨਵਾਦ ਜਿੱਤ ਪ੍ਰਾਪਤ ਕਰ ਗਏ ਜੀ ਕੈਲਗਰੀ ਫਲੇਮਸ 4-0 ਐਡਮਿੰਟਨ ਓਇਲਰਸ ਦੇ ਵਿਰੁੱਧ ਸੋ ਬਹੁਤ ਹੀ ਦਿਲਚਸਪ ਮੁਕਾਬਲਾ ਅੱਜ ਦੇਖਣ ਨੂੰ ਮਿਲਿਆ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਵਿੱਚ ਤੁਸੀਂ ਦੇਖ ਰਹੇ ਸੀ ਓਮਨੀ ਟੀਵੀ ਅਤੇ ਸ਼ੈਬਰਲੇ ਵੱਲੋਂ ਬਹੁਤ ਬਹੁਤ ਧੰਨਵਾਦ ਸ਼ੁਭ ਰਾਤਰੀ